ਦਰੀ ਬੰਦੀ ਹੈ ਬਹੁਤ ਸੌਖਾ ਹੈ ਹਿੰਦੂ ਜਾਂ ਮੁਸਲਮਾਨ ਹੋਣਾ ਪਰ ਬਹੁਤ ਔਖਾ ਹੈ ਆਦਮੀ ਦਾ ਇਨਸਾਨ ਹੋਣਾ ਹੁਣ ਇਨਸਾਨ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਦੂਸਰੇ ਇਨਸਾਨਾਂ ਦੇ ਦੁੱਖ ਦਰਦ 'ਚ ਸ਼ਾਮਲ ਹੋਈਏ ਜਿਸ ਤਰ੍ਹਾਂ ਕਿ ਸਾਡੇ ਖੁਦ ਦੇ ਆਪਣੇ ਵੀ ਜਿਹੜੇ ਰਿਸ਼ਤੇਦਾਰ ਜਿਹੜੇ ਨੇ ਵੰਡ ਵੇਲੇ ਸਾਡੇ ਤਾਇਆ ਜੀ ਹੋਰ ਕਾਫੀ ਫੈਮਲੀਆਂ ਜਿਹੜੀਆਂ ਨੇ ਪਾਕਿਸਤਾਨ 'ਚ ਰਹਿੰਦੀਆਂ ਉਹ ਬਹੁਤ ਤੜਪਦੇ ਨੇ ਅਸੀਂ ਵੀ ਤੜਪਦੇ ਹਾਂ ਕਿ ਅਸੀਂ ਉੱਧਰ ਜਾ ਕੇ ਉਹਨਾਂ ਨੂੰ ਮਿਲੀਏ 1947 ਦਾ ਉਹ ਸਮਾਂ ਜੋ ਸੀ ਜਿਸ ਨੂੰ ਕਿ ਕਹਿ ਦਈਏ ਕਿ ਵੱਡਾ ਸੰਤਾਪ ਜਿਨ੍ਹਾਂ ਸੰਗਤਾਂ ਨੇ ਹੰਡਾਇਆ ਜੋ ਦੇਸ਼ ਦੀ ਵੰਡ ਸਮੇਂ ਆਪਣੀਆਂ ਜਾਨਾਂ ਗਵਾ ਕੇ ਉਹਨਾਂ ਦੇ ਪਰਿਵਾਰ ਹੁਣ ਵੀ ਉਹ ਮੰਜ਼ਰ ਯਾਦ ਕਰਕੇ ਰੋ ਪੈਂਦੇ ਨੇ 47 15 ਅਗਸਤ ਦਾ ਸਮਾਂ ਲੰਘਿਆ ਅਤੇ ਅੱਜ 16 ਅਗਸਤ ਨੂੰ ਅਕਾਲ ਤਖਤ ਸਾਹਿਬ 'ਤੇ ਸਮੂਹਿਕ ਅਰਦਾਸ ਹੋਈ ਅਰਦਾਸ ਦੇ ਵਿੱਚ ਜਿਨ੍ਹਾਂ ਨੇ ਆਪਣੀ ਜਾਨ ਗਵਾਈ 47 ਸਮੇਂ ਉਹਨਾਂ ਨੂੰ ਆਤਮਕ ਸ਼ਾਂਤੀ ਦੇ ਲਈ ਅਰਦਾਸਾ ਬੇਨਤੀ ਕੀਤੇ ਗਏ ਇਸ ਮੌਕੇ ਮਲੇਰਕੋਟਲਾ ਤੋਂ ਮੁਸਲਮਾਨ ਭਾਈਚਾਰਾ ਵੀ ਪਹੁੰਚਿਆ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਔਰ ਜਾਣਦੇ ਹਾਂ ਕਿ ਇੱਥੇ ਪਹੁੰਚਣ ਦਾ ਕੀ ਮੰਜ਼ਰ ਕਿਉਂਕਿ ਲੋਕ ਅਕਸਰ ਵਾਹਗਾ ਜਾਂ ਬਾਕੀ ਇਤਿਹਾਸਿਕ ਜਗ੍ਹਾ 'ਤੇ ਪਹੁੰਚਦੇ ਨੇ ਜਿੱਥੇ ਕਿ ਦੇਸ਼ ਦੀ ਸਰਹੱਦ ਲੱਗਦੀ ਹੈ ਪਰ ਦਰਬਾਰ ਸਾਹਿਬ ਪਹੁੰਚੇ ਨੇ ਜਾਣ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਫਤਿਹ ਵਾਹਿਗੁਰੂ ਅੱਜ ਅਕਾਲ ਤਖਤ ਸਾਹਿਬ ਅਰਦਾਸ ਹੋਈ ਹੈ ਸਮੂਹਿਕ ਅਰਦਾਸ ਹੋਈ ਹੈ 47 ਦੇ ਵੰਡ ਦੇ ਜੋ ਆਪਣੇ ਜਾਨਾਂ ਗਵਾ ਬੈਠੇ ਨੇ ਅੱਜ ਉਸ ਸੰਦਰਭ ਦੇ ਵਿੱਚ ਇੱਥੇ ਪਹੁੰਚੋ ਕੀ ਕਹਿਣਾ ਚਾਹੁੰਦੇ ਸਾਰੀਆਂ ਤਾਰੀਫਾਂ ਉਸ ਰੱਬ ਲਈ ਨੇ ਜਿਹੜਾ ਸਾਰੇ ਜਗ ਦਾ ਸਿਰਜਣਹਾਰ ਸਾਜਣਹਾਰ ਅਤੇ ਪਾਲਣਹਾਰ ਹੈ ਉਸ ਇੱਕ ਰੱਬ ਨੂੰ ਹੀ ਵੱਖ ਵੱਖ ਭਾਸ਼ਾਵਾਂ ਵਿੱਚ ਅੱਲਾ ਅਕਾਲ ਪੁਰਖ ਪ੍ਰਭੂ ਪਰਮਾਤਮਾ ਲਾਰਡ ਗੋਡ ਆਦਿ ਨਾਵਾਂ ਦੁਆਰਾ ਯਾਦ ਕੀਤਾ ਜਾਂਦਾ ਇਸਲਾਮੀ ਸਿੱਖਿਆਵਾਂ ਅਨੁਸਾਰ ਸੰਸਾਰ ਦੇ ਸਾਰੇ ਲੋਕ ਚਾਹੇ ਉਹ ਕਿਸੇ ਵੀ ਧਰਮ ਕੌਮ ਜਾਂ ਇਲਾਕੇ ਨਾਲ ਸੰਬੰਧ ਰੱਖਦੇ ਨੇ ਆਪਸ ਵਿੱਚ ਭਰਾ ਭਰਾ ਨੇ ਹੁਣ ਇਨਸਾਨ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਦੂਸਰੇ ਇਨਸਾਨਾਂ ਦੇ ਦੁੱਖ ਦਰਦ 'ਚ ਸ਼ਾਮਲ ਹੋਈਏ ਜਦੋਂ ਸਿੰਘ ਸਾਹਿਬ ਨੇ ਅਪੀਲ ਕੀਤੀ ਉਹਨਾਂ 10 ਲੱਖ ਪੰਜਾਬੀਆਂ ਲਈ ਜਿਹੜੇ 1947 'ਚ ਭਾਰਤ ਪਾਕ ਵੰਡ ਸਮੇਂ ਆਪਣੀ ਜਾਨਾਂ ਗਵਾ ਬੈਠੇ ਉਸ ਦਰਦ ਨੂੰ ਉਸ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਜਿਹੜੀ ਅਰਦਾਸ ਰੱਖੀ ਗਈ ਸੀ ਉਹਦੇ ਵਿੱਚ ਸ਼ਾਮਲ ਹੋਣ ਲਈ ਅਸੀਂ ਪਹੁੰਚੇ ਹਾਂ ਕਿਉਂਕਿ ਇਨਸਾਨ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਬਹੁਤ ਸੌਖਾ ਹੈ ਹਿੰਦੂ ਜਾਂ ਮੁਸਲਮਾਨ ਹੋਣਾ ਪਰ ਬਹੁਤ ਔਖਾ ਹੈ ਆਦਮੀ ਦਾ ਇਨਸਾਨ ਹੋਣਾ ਕਿਉਂਕਿ ਜਨਮ ਲੈਣ ਤੋਂ ਜਿਸ ਵੇਲੇ ਨਵ ਜਨਮ ਬੱਚਾ ਸੰਸਾਰ 'ਚ ਜਨਮ ਲੈਂਦਾ ਹੈ ਤਾਂ ਪਹਿਲਾਂ ਇਨਸਾਨ ਹੁੰਦਾ ਅਤੇ ਉਹਦਾ ਧਰਮ ਇਨਸਾਨ ਹੀ ਹੁੰਦਾ ਮਗਰੋਂ ਘਰ ਦੇ ਮਾਹੌਲ ਅਨੁਸਾਰ ਉਹ ਹਿੰਦੂ ਮੁਸਲਮਾਨ ਸਿੱਖ ਈਸਾਈ ਬਣ ਜਾਂਦਾ ਹੈ ਤਾਂ ਬੇਸਿਕਲੀ ਅਸੀਂ ਇਨਸਾਨ ਹਾਂ ਤਾਂ ਇਨਸਾਨ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਬਣਦੀ ਸੀ ਕਿ ਇਨਸਾਨੀ ਦੇ ਕਾਰਜ ਵਿੱਚ ਸ਼ਾਮਲ ਹੋਈਏ ਔਰ ਮੋਢੇ ਨਾਲ ਮੋਢਾ ਲੱਗ ਖੜੇ ਹੋਈਏ ਅੱਜ ਮਲੇਰਕੋਟਲਾ ਤੋਂ ਕਿੰਨਾ ਕਾਫਲਾ ਲੈ ਕੇ ਤੁਰੇ ਹੋ ਅਤੇ ਅੱਜ ਅਰਦਾਸ ਦੇ ਵਿੱਚ ਸ਼ਾਮਲ ਹੋਏ ਹੋ ਕੀ ਮਨ ਦੇ ਵਿੱਚ ਮਨਸ਼ਾ ਸੀ ਕੀ ਮਨ ਦੇ ਵਿੱਚ ਪਰਮਾਤਮਾ ਨੇ ਕੀ ਘੱਲਿਆ ਮੇਰਾ ਨਾਮ ਮੁਹੰਮਦ ਯੂਸਫ ਮਲਿਕ ਹੈ ਮੈਂ ਤਾਂ ਅੰਮ੍ਰਿਤਸਰ ਤੋਂ ਹੀ ਹਾਂ ਸਾਡੇ ਨਸੀਰ ਅਖਤਰ ਸਾਹਿਬ ਮਲੇਰਕੋਟਲਾ ਤੋਂ ਆਏ ਸੀਗੇ ਜਮਾਤ ਇਸਲਾਮੀ ਹਿੰਦ ਦੇ ਜਿਹੜੇ ਪ੍ਰਚਾਰਕ ਨੇ ਉਹ ਇੱਥੇ ਆਏ ਸੀਗੇ ਹੋਰ ਵੀ ਜਥੇਬੰਦੀਆਂ ਮੁਸਲਮਾਨ ਭਾਈਚਾਰੇ ਦੀਆਂ ਕਾਫੀ ਇੱਥੇ ਆਏ ਹਾਂ ਸੀਗੀਆਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਇਹ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ 1947 ਦੀ ਵੰਡ ਦੇ ਵਿੱਚ ਸ਼ਹੀਦ ਹੋਏ 10 ਲੱਖ ਲੋਕ ਜਿਹੜੇ ਨੇ ਉਹ ਸ਼ਹੀਦੀਆਂ ਦੇ ਕੇ ਬਾਘੇ ਬਾਰਡਰ ਦੀ ਉਹਨਾਂ ਨੇ ਕਿਹਾ ਕਿ ਨੀਂਹ ਜਿਹੜੀ ਰੱਖੀ ਗਈ ਅਤੇ ਅਸੀਂ ਸਿੱਖ ਭਾਈਚਾਰੇ ਵੱਲੋਂ ਗੁਰੂ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਇੱਥੇ ਯਾਦ ਕੀਤਾ ਮੁਸਲਮਾਨ ਸਿੱਖ ਈਸਾਈ ਭਾਈਚਾਰੇ ਦੇ ਜਿੰਨੇ ਵੀ ਲੋਕ ਇੱਥੇ ਸ਼ਹੀਦ ਹੋਏ ਨੇ ਔਰ ਨਾਲ ਨਾਲ ਉਹਨਾਂ ਨੇ ਇੱਕ ਬਹੁਤ ਵਧੀਆ ਗੱਲ ਕਹੀ ਜਿਸ ਤਰ੍ਹਾਂ ਕਿ ਸਾਡੇ ਖੁਦ ਦੇ ਆਪਣੇ ਵੀ ਜਿਹੜੇ ਰਿਸ਼ਤੇਦਾਰ ਜਿਹੜੇ ਨੇ ਵੰਡ ਵੇਲੇ ਸਾਡੇ ਤਾਇਆ ਜੀ ਹੋਰ ਕਾਫੀ ਫੈਮਲੀਆਂ ਜਿਹੜੀਆਂ ਨੇ ਪਾਕਿਸਤਾਨ 'ਚ ਰਹਿੰਦੀਆਂ ਉਹ ਬਹੁਤ ਤੜਪਦੇ ਨੇ ਅਸੀਂ ਵੀ ਤੜਪਦੇ ਹਾਂ ਕਿ ਅਸੀਂ ਉੱਧਰ ਜਾ ਕੇ ਉਹਨਾਂ ਨੂੰ ਮਿਲੀਏ ਹੋਰ ਵੀ ਇਸ ਤਰ੍ਹਾਂ ਕਈ ਪਰਿਵਾਰ ਨੇ ਜਿਹੜੇ ਪਰਿਵਾਰ ਆਪਸ ਦੇ ਵਿੱਚ ਮਿਲਣ ਦੀ ਚਾਹਤ ਰੱਖਦੇ ਨੇ ਇਹ ਸਰਹੱਦਾਂ ਦੀਆਂ ਜਿਹੜੀਆਂ ਨੀਹਾਂ ਨੇ ਇਹਨਾਂ ਨੇ ਵੰਡ ਪਾ ਕੇ ਇਹ ਰਿਸ਼ਤੇਦਾਰੀਆਂ ਵੀ ਦੂਰ ਕਰ ਦਿੱਤੀਆਂ ਔਰ ਪਰਿਵਾਰ ਵੀ ਦੂਰ ਕਰ ਦਿੱਤੇ ਅਸੀਂ ਉੱਥੇ ਹੀ ਧੰਨਵਾਦ ਕਰਦੇ ਹਾਂ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਕਿ ਸਰਕਾਰਾਂ ਦੀ ਨਜ਼ਰ ਜਿਹੜੀ ਹੈ ਇਸ ਚੀਜ਼ ਦੇ ਉੱਤੇ ਪੈਣੀ ਚਾਹੀਦੀ ਹੈ ਔਰ ਪਰਿਵਾਰ ਜਿਹੜੇ ਨੇ ਦੋ ਪਰਿਵਾਰ ਜਿਹੜੇ ਖਿੰਡੇ ਨੇ ਵਿਖਰੇ ਨੇ ਉਹ ਦੁਬਾਰ ਤੋਂ ਮਿਲਣ ਅਸੀਂ ਧੰਨਵਾਦ ਕਰਦੇ ਹਾਂ ਸੋ ਜਦੋਂ ਵੰਡ ਹੁੰਦੀ ਹੈ 47 ਦੀ ਵੰਡ ਦੇ ਵਿੱਚ ਕਹਿੰਦੇ ਨੇ ਕਿ ਪੰਜਾਬ ਦਾ ਨੁਕਸਾਨ ਹੋਇਆ ਬਾਕੀ ਹੋਰ ਜੇ ਸੂਬੇ ਦੀ ਗੱਲ ਕਰੀਏ ਉਹਨਾਂ ਨੂੰ ਇੰਨਾ ਫਰਕ ਨਹੀਂ ਪਿਆ ਹੋਊਗਾ ਕਿਉਂਕਿ ਪੰਜਾਬ ਵੱਖ ਹੋਏ ਨੇ ਇੱਕ ਪੰਜਾਬ ਉੱਧਰ ਰਹਿ ਗਿਆ ਇੱਕ ਪੰਜਾਬ ਇੱਧਰ ਰਹਿ ਗਿਆ ਜਿਵੇਂ ਤੁਸੀਂ ਕਿਹਾ ਕਿ ਸਾਡੇ ਰਿਸ਼ਤੇਦਾਰ ਵੀ ਉੱਧਰ ਨੇ ਯਾਦ ਆਉਂਦੀ ਹੈ ਮਿਲਣ ਨੂੰ ਮਨ ਕਰਦਾ ਸੋ ਵੰਡ ਇੱਕ ਲੀਕ ਪੈਣ ਦਾ ਫਾਇਦਾ ਹੋਇਆ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਇਆ ਜੀ ਇਹ ਤਾਂ ਜਿਹੜੇ ਪਰਿਵਾਰ ਵਿਛੜੇ ਨੇ ਉਹਨਾਂ ਦੀਆਂ ਪਰਿਵਾਰ ਜਿਹੜੇ ਵਿਛੜੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਔਰ ਪੰਜਾਬ ਦਾ ਸਭ ਤੋਂ ਵੱਡਾ ਕਾਣ ਜਿਹੜਾ ਵਾ ਪੰਜਾਬ ਦਾ ਕਾਣ ਹੋਇਆ ਸਨ 1947 ਦੇ ਵਿੱਚ ਸਾਡਾ ਪੰਜਾਬ ਲਹਿੰਦਾ ਅਤੇ ਚੜ੍ਹਦਾ ਪੰਜਾਬ ਜਿਹੜਾ ਵੰਡ ਕੇ ਬਹੁਤ ਵੱਡਾ ਨੁਕਸਾਨ ਹੋਇਆ ਉਸ ਤੋਂ ਬਾਅਦ 1965 ਦੇ ਵਿੱਚ ਔਰ 1965 ਦੇ ਵਿੱਚ ਜਿਹੜਾ ਵਾ ਉਹਨਾਂ ਨੇ ਪੰਜਾਬ ਸਾਡਾ ਹਰ ਸਰਕਾਰਾਂ ਜਿਹੜੀਆਂ ਸਮੇਂ ਦੀਆਂ ਆਉਂਦੀਆਂ ਰਹੀਆਂ ਉਹਨਾਂ ਨੇ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਹੀ ਕੀਤੀ ਹੈ ਜਿਸ ਤਰ੍ਹਾਂ ਬੰਗਾਲ ਸਾਡੇ 'ਚੋਂ ਕੱਟਿਆ ਗਿਆ ਫਿਰ ਜਿਹੜਾ ਉਸ ਤੋਂ ਬਾਅਦ ਆਪਣਾ
हिमाचल बनाता, दूसरा हरियाणा बनाता, इस तरह सारिया स्टेटा कट के उन्होंने जोड़ा सानू दूर ही किया। ये परिवार साढ़े जोड़ने चाहिए ने, असं बेनती करते हैं सरकार के अगे भी। सो जिस तरीके दे नाल अज संताली दे वंड समय समूहिक अरदास हुई, अरदास दे विच हर भाईचारा शामिल होया, शामिल होकर एक मंग करता कि जो वंड हुई उसका फायदा किसी नूं नहीं होया, नुकसान होया, परिवारों के परिवार उजड़े ने, घर के घर उजड़े ने, हुण तक सानू वो संताप नहीं भुल रहे। वीडियो जर्नलिस्ट अक्षय के नाल हरमीत सिंह, जगबानी टीवी, अमृतसर।